a South Asian Canadian channel. Y Media Group ਦੇ ਚੈਨਲ Y ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੋਨਿਕਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਹਾਜ਼ਰ ਹਾਂ ਗਰਾਊਂਡ ਜ਼ੀਰੋ ਰਿਪੋਰਟ ਲੈ ਕੇ ਇਸ ਪ੍ਰੋਗਰਾਮ 'ਚ ਕੁਝ ਖਾਸ ਮੁੱਦਿਆਂ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਤੇ ਜਿਨ੍ਹਾਂ ਮੁੱਦਿਆਂ ਤੇ ਅਸੀਂ ਅੱਜ ਚਰਚਾ ਕਰਨੀ ਹੈ ਉਸ ਦੇ ਵਿੱਚ ਸ਼ਾਮਿਲ ਹੈ ਦੁਨੀਆ 'ਚ ਲਗਾਤਾਰ ਵੱਡੇ ਪੱਧਰ ਤੇ ਫੈਲਦਾ ਜਾ ਰਿਹਾ ਓਮਿਕਰੋਨ ਵਾਇਰਸ ਦਾ ਖਤਰਾ ਇਸ ਦੇ ਨਾਲ ਹੀ ਕੈਨੇਡਾ ਦੇ ਅਲਬਰਟਾ ਦੇ ਵਿੱਚ ਬੂਸਟਰ ਡੋਸੇਜ ਕੋਵਿਡ ਵੈਕਸੀਨ ਦੀਆਂ 18 ਸਾਲ ਤੋਂ ਉੱਪਰ ਦੇ ਜਿਹੜੇ ਐਡਲਟਸ ਨੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਰੀਅਲ ਏਸਟੇਟ ਮਾਰਕੀਟ ਦੇ ਉੱਪਰ ਜਾਣ ਦੇ ਜਿਹੜੇ ਆਸਾਰ ਨੇ ਉਹ ਵੀ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਰਾਸ਼ਟਰੀ ਮੁੱਦਿਆਂ ਦੀ ਤਾਂ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਹੰਗਾਮਾ ਅੱਜ ਫੇਰ ਜਾਰੀ ਹੈ ਤੇ ਮਨਜਿੰਦਰ ਸਿੰਘ ਸਿਰਸਾ ਕੱਲ DSDMC ਦੇ ਅਹੁਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਕੇ BJP 'ਚ ਸ਼ਾਮਿਲ ਹੋ ਚੁੱਕੇ ਨੇ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਜਿਹੜਾ ਰੁੱਖ ਹੈ ਉਹ ਹੁਣ ਨਰਮ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਕਿਸਾਨ ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਆਪਸ ਵਿੱਚ ਵੰਡੀਆਂ ਨਜ਼ਰ ਆ ਰਹੀਆਂ ਨੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਚਰਚਾ ਕਰਾਂਗੇ ਮੇਰੇ ਨਾਲ ਮੌਜੂਦ ਨੇ ਚੰਡੀਗੜ੍ਹ ਤੋਂ ਮੇਰੇ ਸਹਿਯੋਗੀ ਵਿਨੇ ਸ਼ਰਮਾ ਜੀ ਵਿਨੇ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੋਨਿਕਾ ਜੀ ਤੇ ਨਾਲ ਹੀ ਸਾਰੇ ਦਰਸ਼ਕਾਂ ਦਾ ਵੀ ਬਹੁਤ ਨੇਕਾ ਸਵਾਗਤ ਜੇਕਰ ਅਸੀਂ ਗੱਲ ਕਰੀਏ ਅੱਜ ਕੱਲ ਕੋਵਿਡ ਤੋਂ ਬਾਅਦ ਓਮਿਕਰੋਨ ਦਾ ਜਿਹੜਾ ਖਤਰਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਦਹਿਸ਼ਤ ਫੈਲਾ ਰਿਹਾ ਹੈ ਇਸ ਨੂੰ ਲੈ ਕੇ ਜਿਹੜੇ ਵੱਖ ਵੱਖ ਕੰਟਰੀਜ਼ ਨੇ ਉਹਨਾਂ ਵਿੱਚ ਕੁਝ ਕੇਸ ਵੀ ਸਾਹਮਣੇ ਆਏ ਨੇ ਅਮਰੀਕਾ ਦੇ ਵਿੱਚ ਵੀ ਅੱਜ ਪਹਿਲਾ ਕੇਸ ਵੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਜਾਪਾਨ ਦੀ ਤਾਂ ਜਾਪਾਨ ਵੱਲੋਂ ਵੀ ਜਿਹੜਾ ਬੈਨ ਲਗਾਇਆ ਗਿਆ ਸੀ ਉਹ ਖੋਲ੍ਹ ਦਿੱਤਾ ਗਿਆ ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਓਮਿਕਰੋਨ ਵਾਇਰਸ ਨੂੰ ਲੈ ਕੇ ਜਿਹੜੀ ਹੈ ਕਾਫੀ ਕਨਫਿਊਜ਼ਨ ਇਸ ਟਾਈਮ ਚੱਲੀ ਹੋਈ ਹੈ ਕਿਉਂਕਿ ਖਾਸ ਕਰਕੇ ਜਿਹੜੇ ਸਾਊਥ ਅਫਰੀਕਨ ਹੈਲਥ ਐਕਸਪਰਟਸ ਹੈਗੇ ਆ ਉਹਨਾਂ ਦਾ ਆਪ ਕਹਿਣਾ ਹੈਗਾ ਕਿ ਡੈਫੀਨੇਟਲੀ ਇਹ ਵਾਇਰਸ ਮੌਜੂਦ ਹੈਗਾ ਕਾਫੀ ਲੋਕਾਂ ਨੂੰ ਕਾਫੀ ਪੇਸ਼ੈਂਟ ਜਿਹੜੇ ਆ ਸਾਊਥ ਅਫਰੀਕਾ 'ਚ ਓਮਿਕਰੋਨ ਦੇ ਹੈਗੇ ਆ ਪਰ ਕਿਸੇ ਵੀ ਪੇਸ਼ੈਂਟ ਦੀ ਅਜੇ ਤੱਕ ਕੋਈ ਡੈਥ ਨਹੀਂ ਹੋਈ ਹੈ ਮਤਲਬ ਕਿ ਉਹਨਾਂ ਦੇ ਮਾਈਲਡ ਸਿਮਟਮਸ ਹੈਗੇ ਆ ਮਾਈਲਡ ਫੀਵਰ ਹੈਗਾ ਬਾਕੀ ਵੀ ਜਿਹੜੇ ਲੱਛਣ ਹੈਗੇ ਆ ਉਹ ਮਾਈਲਡ ਹੈਗੇ ਆ ਕੋਈ ਐਕਸਟ੍ਰੀਮ ਸਿਮਟਮ ਕਿਸੇ ਦਾ ਵੀ ਨਹੀਂ ਹੈਗਾ ਤਾਂ ਕਰਕੇ ਇੱਕਦਮ ਜਿਹੜੀ ਹੈ ਸਾਰੀ ਕਿਉਂਕਿ ਲੋਕ ਪਹਿਲੇ ਤੋਂ ਜਿਹੜਾ ਹੈ ਡਰੇ ਹੋਏ ਆ ਵਾਇਰਸ ਨੂੰ ਲੈ ਕੇ ਡੈਲਟਾ ਵੈਰੀਐਂਟ ਜਿਹੜਾ ਸੀ ਕਾਫੀ ਜਿਹੜੀ ਹੈ ਉਹਦੇ ਨਾਲ ਫੈਟੈਲਿਟੀ ਰੇਟ ਕਾਫੀ ਹਾਈ ਸੀਗਾ ਸਿਰਫ ਓਨਟਾਰੀਓ ਦੀ ਆਪਾਂ ਗੱਲ ਕਰੀਏ ਕੈਨੇਡਾ ਦੇ ਅੰਦਰ ਤੇ 10,000 ਮੌਤਾਂ ਜਿਹੜੀ ਹੈ ਓਨਟਾਰੀਓ ਪ੍ਰੋਵਿੰਸ ਦੇ ਅੰਦਰ ਅਜੇ ਤੱਕ ਹੋ ਚੁੱਕੀਆਂ ਨੇ ਤੇ ਵਿਸ਼ਵ ਭਰ ਦੇ ਵੀ ਜਿਹੜੀ ਸਥਿਤੀ ਹੈਗੀ ਹੈ ਯੂਰੋਪੀਅਨ ਕੰਟਰੀ ਦੀ ਆਪਾਂ ਗੱਲ ਕਰੀਏ ਜਰਮਨੀ ਤੇ ਫਰਾਂਸ ਖਾਸ ਕਰਕੇ ਉੱਥੇ ਵੀ ਸਥਿਤੀ ਜਿਹੜੀ ਹੈ ਬੜੀ ਨਾਜ਼ੁਕ ਇਸ ਟਾਈਮ ਬਣੀ ਹੋਈ ਹੈ ਪਰ ਓਮਿਕਰੋਨ ਨੇ ਇੱਕ ਜਿਹੜਾ ਐਂ ਲੱਗ ਰਿਹਾ ਸੀ ਵਾਪਿਸ ਉਹੀ ਜਿਹੜਾ ਸਮਾਂ ਸੀਗਾ ਉਹ ਵਾਪਿਸ ਸਾਲ ਪਹਿਲੇ ਵਾਲਾ ਜਾਂ ਡੇਢ ਸਾਲ ਪਹਿਲੇ ਵਾਲਾ ਉਹੀ ਜਿਹੜੀ ਹੈ ਸਾਈਕਲ ਨਾ ਬਣ ਜਾਏ ਤੇ ਬਿਜ਼ਨਸ ਹਾਊਸਿਸ ਵੀ ਕਾਫੀ ਪਰੇਸ਼ਾਨ ਹੋ ਰਹੇ ਸੀ ਪਰ ਹੁਣ ਅਜੇ ਤੱਕ ਕੋਈ ਕਨਫਰਮੇਸ਼ਨ ਤਾਂ ਨਹੀਂ ਹੈਗੀ ਆ ਪਰ ਇੱਦਾਂ ਦੀ ਇੰਡੀਕੇਸ਼ਨਸ ਆਉਣੀ ਹੋਣੀਆਂ ਸ਼ੁਰੂ ਹੋ ਗਈਆਂ ਹਾਲਾਂਕਿ WHO ਨੇ ਅਜੇ ਵੀ ਇਸ ਵਾਇਰਸ ਨੂੰ ਹਾਈ ਰਿਸਕ ਕੈਟੇਗਰੀ 'ਚ ਹੀ ਰੱਖਿਆ ਹੋਇਆ ਪਰ ਹੁਣ ਇੱਦਾਂ ਦੀ ਖਬਰਾਂ ਆ ਰਹੀਆਂ ਜਿਹਦੇ ਨਾਲ ਕਿ ਇੰਡੀਕੇਸ਼ਨ ਮਿਲਦੀ ਹੈ ਇਹ ਓਮਿਕਰੋਨ ਵਾਇਰਸ ਜਿਹੜਾ ਹੈਗਾ ਕੰਟੇਜੀਅਸ ਜ਼ਰੂਰ ਹੈਗਾ ਹਾਈਲੀ ਕੰਟੇਜੀਅਸ ਹੈਗਾ ਪਰ ਐਟ ਦਾ ਸੇਮ ਟਾਈਮ ਇਹ ਇੰਨਾ ਜਿਹੜਾ ਲੀਥਲ ਵਾਇਰਸ ਨਹੀਂ ਹੈਗਾ ਇੱਕ ਤੇ ਜਿਵੇਂ ਜਾਪਾਨ ਨੇ ਵੀ ਸੰਗਿਆਨ ਲਿਆ ਉਹਨਾਂ ਨੇ ਇੱਕਦਮ ਆਪਣਾ ਜਿਹੜਾ ਬੈਨ ਆਪਣੇ ਜਿਹੜੇ ਟਰੈਵਲਰ ਸੀਗੇ ਜਾਂ ਜੈਪਨੀਜ਼ ਸਿਟੀਜ਼ਨ ਸੀਗੇ ਉਹਨਾਂ ਨੂੰ ਵੀ ਜਿਹੜਾ ਬੈਨ ਕਰਤੇ ਸੀ ਇਹ ਇੰਟਰਨੈਸ਼ਨਲ ਬੈਨ ਲਾ ਕੇ ਕਿ ਕੋਈ ਵੀ ਫਲਾਈਟ ਜਿਹੜੀ ਹੈ ਇਨਬਾਊਂਡ ਫਲਾਈਟ ਜਿਹੜੀ ਹੈ ਬੈਨ ਕਰਤੀ ਸੀ ਹੁਣ ਅੱਜ ਸਵੇਰੇ ਹੀ ਜਿਹੜੀ ਜਾਪਾਨ ਨੇ ਉਹਦੇ 'ਤੇ ਪੂਰੀ ਦੀ ਪੂਰੀ ਰਿਆਇਤ ਦਿੰਦੇ ਹੋਏ ਇੰਟਰਨੈਸ਼ਨਲ ਸਪੇਸ ਨੂੰ ਫਿਰ ਤੇ ਖੋਲ੍ਹਿਆ ਅਤੇ ਨਾਲ ਸਾਊਥ ਅਫਰੀਕਨ ਐਕਸਪਰਟਸ ਵੀ ਇਹੀ ਕਹਿੰਦੇ ਪਏ ਆ UK ਦੇ ਕੁਝ ਸਾਇੰਟਿਸਟ ਹੈਗੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਵਾਇਰਸ ਜਿਹੜਾ ਇੰਨਾ ਜ਼ਿਆਦਾ ਫੈਟਲ ਨਹੀਂ ਹੋਏ ਨਹੀਂ ਹੈਗਾ ਫਿਲਹਾਲ WHO ਵੱਲੋਂ ਵਰਲਡ ਹੈਲਥ ਔਰਗਨਾਈਜੇਸ਼ਨ ਵੱਲੋਂ ਜਿਹੜੀ ਹੈ ਇਸ 'ਤੇ ਇੱਕ ਪੁਸ਼ਟੀ ਹੋਣਾ ਬਾਕੀ ਹੈਗੀ ਹੈ ਅਤੇ ਬਾਕੀ ਜਿਹੜੀ ਕੰਟਰੀਜ਼ ਹੈਗੇ ਆ ਉਹਨਾਂ ਦਾ ਇਹਦੇ 'ਤੇ ਕੀ ਰੁੱਖ ਹੋਏਗਾ ਇਹ ਸਭ ਕੁਛ ਜਿਹੜਾ ਤੈਅ ਕਰੇਗੀ ਉਹ WHO ਅਤੇ ਜਿਹੜੇ ਉਹਨਾਂ ਦੇ ਲੋਕਲ ਹੈਲਥ ਐਕਸਪਰਟਸ ਹੈਗੇ ਹੈਲਥ ਸਾਇੰਟਿਸਟ ਹੈਗੇ ਆ ਉਹ 1-2 ਦਿਨ ਹੋਰ ਵੇਖਣਗੇ ਫਿਰ ਫਾਈਨਲ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਉੱਤੇ ਜਿਹੜਾ ਹੈ ਰਿਲੈਕਸੇਸ਼ਨ ਜਿਹੜੀ ਇੱਕਦਮ ਸਖ਼ਤੇ 'ਚ ਆ ਗਈਆਂ ਸੀ ਸਾਰੀ ਕੰਟਰੀਜ਼ ਹੁਣ ਉਹ ਥੋੜ੍ਹਾ ਜਿਹਾ ਰਿਲੈਕਸੇਸ਼ਨ ਦੀ ਗੱਲਾਂ ਜਾਂ ਸਟੇਟਮੈਂਟ ਜ਼ਰੂਰ ਅਨਾਊਂਸ ਕਰਨਗੇ ਅਤੇ ਨਾਲ ਇਹ ਵੀ ਦੱਸ ਦੂੰ ਕਿ ਕੈਨੇਡਾ ਦੇ ਅੰਦਰ COVID-19 ਨੂੰ ਲੈ ਕੇ ਪਹਿਲਾ ਜਿਹੜਾ ਵਾਈਲਡ ਲਾਈਫ ਦੇ ਅੰਦਰ ਜਿਹੜਾ ਹੈ ਉਹ ਪਹਿਲਾ ਮਾਮਲਾ ਜਿਹੜਾ ਕੈਨੇਡਾ 'ਚ ਉਹਨਾਂ ਨੇ ਡਿਸਕਵਰ ਕੀਤਾ ਹੈ ਇਹ ਵੀ ਜਿਹੜਾ ਬੜੀ ਚਿੰਤਾ ਦਾ ਵਿਸ਼ੇ ਹੈਗਾ ਕਿਉਂਕਿ ਅਜੇ ਤੱਕ ਹਿਊਮਨਸ ਦੇ ਅੰਦਰ ਤਾਂ ਇਹ ਵਾਇਰਸ ਸੀਗਾ ਪਰ ਜਿਹੜਾ ਹੈਗਾ ਇਹ ਕੈਨੇਡਾ 'ਚ ਜਿਹੜਾ ਹੈ ਪਹਿਲੀ ਵਾਰੀ ਹੋਇਆ ਕਿ ਵਾਈਲਡ ਲਾਈਫ 'ਚ COVID-19 ਦੇ ਸਿਮਟਮ ਜਿਹੜੇ ਆ ਉਹ ਪਾਏ ਗਏ ਅਤੇ ਇਹਦੀ ਜਿਹੜੀ ਪੁਸ਼ਟੀ ਹੈਗੀ ਹੈ ਨੈਸ਼ਨਲ ਸੈਂਟਰ ਫੋਰ ਫੋਰਨ ਐਨੀਮਲ ਡਿਜ਼ੀਜ਼ ਨੇ ਜਿਹੜੀ ਆਲਰੇਡੀ ਕਨਫਰਮ ਕਰ ਦਿੱਤੀ ਹੈ 29 ਨਵੰਬਰ ਨੂੰ ਕਿ ਇੱਕ ਡੀਅਰ ਹਿਰਨ ਜਿਹੜਾ ਹੈਗਾ ਉਹਨੂੰ ਉਹਦਾ ਸੈਂਪਲ ਲਿਆ ਗਿਆ ਅਤੇ ਕਿਊਬੈਕ 'ਚ ਜਿਹੜਾ ਇਹ ਮਾਮਲਾ ਪਾਇਆ ਗਿਆ ਸੀ ਅਤੇ ਜਿਹੜੇ ਡਿਜ਼ੀਜ਼ ਹੈਗੇ ਆ
apparently the deer is healthy, koi edda nahi ki koi ode koi bahut jyada hega, par jehdi first detection hegi hai in wildlife information, oh impact karda hai ki koi na koi jehdi hegi hai ki oh kithe jehdi hai wildlife ch hor jyada spread na ho jaye, ode karke jehdi hai ਇਹ ਇੱਕ ਚਿੰਤਾ ਜਿਹੜੀ ਹੈ ਵਿਗਿਆਨਿਕਾਂ ਦੇ ਅੰਦਰ ਹੁਣ ਬਣੀ ਹੋਈ ਹੈ ਜੀ ਤੇ ਇੱਕ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਅਲਬਰਟਾ ਦੇ ਵਿੱਚ ਹੁਣ ਜਿਹੜੀ ਬੂਸਟਰ ਡੋਸੇਜ ਹੈ ਕੋਵਿਡ ਵੈਕਸੀਨ ਦੀ ਉਹ 18 ਸਾਲ ਤੋਂ ਵੱਧ ਉਮਰ ਤੋਂ ਜਿਹੜੇ ਵੱਧ ਦੇ ਨਾਗਰਿਕ ਨੇ ਸਾਰਿਆਂ ਨੂੰ ਮਿਲੇਗੀ ਇਹ ਪੂਰਾ ਕੀ ਮਾਮਲਾ ਹੈ ਦੇਖੋ ਅਲਬਰਟਾ ਦੇ ਹੈਲਥ ਮਿਨਿਸਟਰ ਜੇਸਨ ਕੋਪਿੰਗ ਨੇ ਕਿਹਾ ਹੈ ਕਿ ਜਿਹੜੀ ਥਰਡ ਡੋਜ਼ ਹੈਗੀ ਆ ਬੂਸਟਰ ਡੋਸੇਜ ਉਹ ਸਿਰਫ ਇੱਕ ਪਰਟੀਕੂਲਰ ਸੀਨੀਅਰ ਸਿਟੀਜ਼ਨਸ ਨੂੰ ਦੇ ਵਾਸਤੇ ਹੀ ਨਹੀਂ ਹੋਏਗੀ ਜਾਂ ਜਿਹੜੇ 40 ਪਲੱਸ ਹੋਣ ਜਾਂ 50 ਪਲੱਸ ਹੋਣ ਬਲਕਿ 18 ਸਾਲ ਤੋਂ ਉੱਪਰ ਤੋਂ ਲੈ ਕੇ ਕੋਈ ਵੀ ਉਮਰ ਹੈਗੀ ਹੈ 60, 70, 80, 90 ਉੱਥੇ ਤੱਕ ਜਿਹੜੀ ਹੈ ਸਾਰੀ ਪਾਪੂਲੇਸ਼ਨ ਨੂੰ ਐਡਲਟ ਪਾਪੂਲੇਸ਼ਨ ਪਲੱਸ ਓਲਡ ਪਾਪੂਲੇਸ਼ਨ ਪਲੱਸ ਦ ਮਿਡ ਏਜ ਪਾਪੂਲੇਸ਼ਨ ਐਲਬਰਟਾ ਜਿਹੜੀ ਹੈ ਸਰਕਾਰ ਪੂਰੀ ਪਾਪੂਲੇਸ਼ਨ ਨੂੰ ਜਿਹੜਾ ਕਵਰ ਕਰੇਗੀ ਇਹ ਜਿਹੜੀ ਹੈ ਇਹ ਇਹਦੇ 'ਤੇ ਜਿਹੜਾ ਹੈਗਾ ਇਹ ਹੈਗਾ ਕਿ ਇਹਨਾਂ ਨੇ ਓਮੀਕ੍ਰੋਨ ਨੂੰ ਲੈ ਕੇ ਮੱਦੇਨਜ਼ਰ ਰੱਖਦੇ ਹੋਏ ਇਹ ਅਨਾਊਂਸਮੈਂਟ ਕੀਤੀ ਹੈ ਜਾਂ ਵੈਸੇ ਹੀ ਦੇ ਆਰ ਮੋਰ ਸਟ੍ਰਿਕਟ ਦੇ ਵਾਂਟ ਟੂ ਇੰਪਲੀਮੈਂਟ ਕਿ ਓਕੇ ਅਸੀਂ ਕੋਈ ਚਾਂਸ ਇੱਦਾਂ ਦਾ ਛੱਡੇ ਹੀ ਨਾ ਜਿਹਦੇ ਨਾਲ ਕਿ ਲੋਕਾਂ ਦੀ ਇਮਿਊਨਿਟੀ ਜਿਹੜੀ ਹੈ ਉਹ ਕੰਪਰੋਮਾਈਜ਼ ਹੋਏ ਤਾਂ ਇਹ ਜਿਹੜੀ ਡਿਵੈਲਪਮੈਂਟ ਹੈਗੀ ਹੈ ਦਿਸ ਕਮਸ ਫਰੋਮ ਅਲਬਰਟਾ ਲੱਗਦਾ ਹੈ ਜੇ ਕੋਵਿਡ 19 ਦੇ ਲੱਛਣ ਚਾਹੇ ਡੈਲਟਾ ਵੈਰੀਅੰਟ ਹੈਗਾ ਜਾਂ ਓਮੀਕ੍ਰੋਨ ਵੈਰੀਅੰਟ ਵੀ ਹੈਗਾ ਜੇ ਕੰਟੇਨ ਨਹੀਂ ਹੋਏ ਮਾਮਲੇ ਜਿਵੇਂ ਕਿ ਹੁਣ ਅਸੀਂ ਵੇਖਦੇ ਹਾਂ ਓਂਟਾਰੀਓ ਦੇ ਅੰਦਰ ਵੀ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਆ ਜਿਹੜੀ ਰੋਲਿੰਗ ਐਵਰੇਜ ਹੈਗੀ ਆ ਹਰ ਹਫ਼ਤੇ ਤੋਂ ਹਫ਼ਤੇ ਜੇ ਜਿਹੜੀ ਆਪਾਂ ਕੰਪੇਅਰ ਕਰਦੇ ਆ ਉਹ ਜਿਹੜਾ ਅੰਕੜਾ ਹੈਗਾ ਉਹ ਹੌਲੇ ਹੌਲੇ ਹੁਣ ਜਿਹੜਾ ਉੱਪਰ ਨੂੰ ਵਧਣ ਲੱਗ ਗਿਆ ਅਤੇ ਮੇਰੇ ਖਿਆਲ ਬਾਕੀ ਸੂਬੇ ਵੀ ਜਿਹੜੇ ਆ ਪ੍ਰੋਵਿੰਸਿਸ ਹੈਗੇ ਆ ਉਹ ਵੀ ਇਹਨੂੰ ਦੇ ਵਿਲ ਆਲਸੋ ਫੋਲੋ ਸੂਟ ਜਿਹੜਾ ਅਲਬਰਟਾ ਨੇ ਕੀਤਾ ਜੇ ਕੰਟੇਨ ਜਲਦੀ ਨਹੀਂ ਹੋਇਆ ਜੀ ਤੇ ਜੇਕਰ ਗੱਲ ਕਰੀਏ ਕੈਨੇਡਾ ਰੀਅਲ ਇਸਟੇਟ ਮਾਰਕੀਟ ਦੀ ਤਾਂ ਇਸਦੇ ਹੁਣ ਉੱਪਰ ਜਾਣ ਦੇ ਆਸਾਰ ਨਜ਼ਰ ਆ ਰਹੇ ਨੇ ਇਸ ਨੂੰ ਲੈ ਕੇ ਤੁਸੀਂ ਕੁਝ ਜਾਣਕਾਰੀ ਸਾਂਝੀ ਕਰ ਦਿਓ ਜੀ ਹਾਂ ਇਹ ਰਿਪੋਰਟ ਥੋੜ੍ਹੀ ਜਿਹੀ ਸਰਪ੍ਰਾਈਜ਼ਿੰਗ ਵੀ ਹੈਗੀ ਹੈ ਕਿਉਂਕਿ ਰੀਅਲ ਇਸਟੇਟ ਮਾਰਕੀਟ ਜਿਹੜਾ ਸੀ 2021 ਦੇ ਅੰਦਰ ਵੀ ਉਹ ਆਲਰੇਡੀ ਕੈਨੇਡੀਅਨ ਮਾਰਕੀਟ ਕਾਫੀ ਉੱਪਰ ਸੀਗੀ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਅੰਦਰ ਜਿਹੜਾ ਹੈ ਮਾਰਕੀਟ ਇਹ ਨਹੀਂ ਸੀਗਾ ਕਿ ਕੋਈ ਡਿੱਗ ਗਈ ਸੀ ਥੱਲੇ ਜਾਂ ਫਿਰ ਜਿਹੜਾ ਕੋਵਿਡ ਕਰਕੇ ਜਿਹੜੀ ਹੈ ਮਾਰਕੀਟ ਨੂੰ ਕੋਈ ਝਟਕਾ ਲੱਗਿਆ ਸੀ ਇੱਦਾਂ ਦਾ ਕੋਈ ਵੀ ਕੇਸ ਨਹੀਂ ਸੀਗਾ ਪਰ ਹਰਾਮੀ ਵਾਲੀ ਗੱਲ ਇਹ ਹੈਗੀ ਹੈ ਜਿੱਦਾਂ ਇੱਦਾਂ ਦੀ ਇੱਕ ਰਿਪੋਰਟ ਹੁੰਦੀ ਹੈ ਕਿ 2022 'ਚ ਹੋਰ ਜ਼ਿਆਦਾ ਉੱਪਰ ਜਾਏਗੀ ਅਤੇ ਮੇਰੇ ਖਿਆਲ ਅਫੋਰਡਿੰਗ ਹਾਊਸਿੰਗ ਵਾਲਾ ਜਿਹੜਾ ਕੋਨਸੈਪਟ ਹੈਗਾ ਉਹਦੇ ਉੱਤੇ ਵੀ ਕੁਐਸਚਨ ਮਾਰਕ ਲੱਗਦਾ ਹੈ ਕਿਉਂਕਿ ਵਾਰ ਵਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੱਲ ਇਹੀ ਕਰਦੇ ਆ ਕਿ ਅਸੀਂ ਹਾਊਸਿੰਗ ਨੂੰ ਜਿਹੜਾ ਹੋਰ ਅਫੋਰਡੇਬਲ ਕਰਨਾ ਹੈ ਪਰ ਜਦ ਅਸੀਂ ਗਰਾਊਂਡ ਲੈਵਲ ਦੀ ਰਿਪੋਰਟਸ ਨੂੰ ਵੇਖਦੇ ਹਾਂ ਕਿ ਇਹ ਜਿਹੜੀ ਇਜ਼ਾਫਾ ਹੈਗਾ ਜਿਹਨਾਂ ਲੋਕਾਂ ਨੇ ਰੀਅਲ ਸਟੇਟ ਮਾਰਕੀਟ 'ਚ ਇਨਵੈਸਟ ਕੀਤਾ ਉਹਨਾਂ ਲਈ ਤਾਂ ਡੈਫੀਨੇਟਲੀ ਫਾਇਦੇ ਵਾਲੀ ਗੱਲ ਹੈ ਪਰ ਜਿਹੜੇ ਨਿਊ ਹੋਮ ਬਾਇਰਸ ਹੈਗੇ ਆ ਉਹਨਾਂ ਵਾਸਤੇ ਜਿਹੜੀ ਹੈ ਮਾਰਕੀਟ ਬੜੀ ਟਫ ਹੁੰਦੀ ਜਾ ਰਹੀ ਹੈ ਗੱਲੇ ਵੀ ਚੱਲੀ ਸੀ ਕਿ ਜਿਵੇਂ ਪਹਿਲੇ ਹੁੰਦਾ ਸੀ ਕਿ ਉੱਥੇ 5% ਲੈ ਕੇ ਨਿਊ ਹੋਮ ਕਰ ਮਿਲ ਜਾਂਦੇ ਹੁੰਦੇ ਸੀ ਹੁਣ 2.5% ਦੀ ਵੀ ਕੋਈ ਕੁਝ ਕੰਪਨੀਜ਼ ਨੇ ਗੱਲ ਕੀਤੀ ਸੀ ਕਿ ਸਿਰਫ 2.5% ਤੁਸੀਂ ਦੇਵੋਗੇ ਤੇ ਤੁਸੀਂ ਯੂ ਕੈਨ ਐਕਚੁਅਲੀ ਬਾਏ ਅ ਹੋਮ ਮੋਰਗੇਜ ਜਿਹੜੀ ਹੈ ਤੁਹਾਡੀ ਉਸ ਅਮਾਊਂਟ ਦੇ ਸਿਰਫ 2.5% ਦੀ ਡਾਊਨ ਪੇਮੈਂਟ ਦੇ ਕੇ ਜਿਹੜੀ ਹੈ ਉਹ ਕਲੀਅਰ ਹੋ ਜਾਏਗੀ ਪਰ ਜਦ ਮਾਰਕੀਟ 'ਚ ਇੰਨਾ ਜ਼ਿਆਦਾ ਇਜ਼ਾਫਾ ਹੋਏਗਾ ਅੱਜ ਜਿਹੜਾ 5% ਦਾ ਸੀਗਾ ਉਹ ਵੀ ਹੁਣ ਜਿਹੜਾ 1 million ਦਾ ਹੋ ਜਾਏਗਾ ਬ੍ਰਿਟਿਸ਼ ਕੋਲੰਬੀਆ ਜਿਹੜੀ ਮਾਰਕੀਟ ਉਹ ਨੋਜ਼ ਡਾਈਵ ਕਰ ਗਈ ਸੀ ਇੱਦਾਂ ਦੇ ਕੋਈ ਹਾਲਾਤ ਨਹੀਂ ਸੀਗੇ ਜੇ ਉਹ ਕਹਿੰਦੇ ਕਿ ਹੋਰ ਉੱਪਰ ਜਾਏਗੀ ਤਾਂ ਦੈਟ ਵਿਲ ਐਕਚੁਅਲੀ ਬੀ ਅ ਬਿਗ ਚੈਲੰਜ ਫੋਰ ਲਿਬਰਲਸ ਜਿਹੜੀ ਮਾਨੋਰਿਟੀ ਸਰਕਾਰ ਹੈਗੀ ਕੈਨੇਡਾ ਦੀ ਕਿ ਉਹ ਅਫੋਰਡੇਬਲ ਹਾਊਸਿੰਗ ਦਾ ਤਾਂ ਫਿਰ ਇਹਦੇ 'ਚ ਕੋਈ ਗੁੰਜਾਇਸ਼ ਰਹੀ ਨਹੀਂ ਗਈ ਜੀ ਇਹੋ ਜਿਹੇ ਹੋਰ ਮੁੱਦਿਆਂ ਨੂੰ ਲੈ ਕੇ ਇਸ ਪ੍ਰੋਗਰਾਮ 'ਚ ਚਰਚਾ ਜਾਰੀ ਰੱਖਾਂਗੇ ਪਰ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ A South Asian Canadian channel.